ਭੂਆ ਦਾ ਸੰਧਾਰਾ ਖਾਸੇ ਲਿਆ ਉਹ ਜਾ ਛੋਟੀ ਪੱਟੀ ਭੂਆ ਦਾ ਸੰਧਾਰਾ ਬੀਬੀ ਵੀ ਜਾ ਰਹੀ ਆਪਦੀ ਨਣਦ ਨੂੰ ਸੰਧਾਰਾ ਦੇਣ ਤੇ ਆਪਦੀ ਭੈਣ ਨੂੰ ਮਿਲਣ ਕਿਉਂ ਪਹਿਲੀ ਵਾਰ ਚੱਲੀ ਆ ਬੀਬੀ ਕੋ ਭਾਂਡੇ ਦਾ ਦੇਖ ਲੋ ਮੈਂ ਚੱਕਰ ਆ ਜਾਣਾ ਨੇ ਕਰਕੇ ਦੁਲਾਰੀ ਹੁਣ ਪੋਚਾ 1% ਬੈਟਰੀ ਆਈ ਸੋ ਜਿਹੜੇ ਸਾਲ ਨਾਲ ਡੈਡੀ ਜੀ ਗਏ ਸੀਗੇ ਮੈਨੂੰ ਲੱਗਦਾ ਨਹੀਂ ਸੀ ਉਹ ਵਾਪਸ ਆਉਣਗੇ इंडिया सारी जर्नी दिखाई जांदी आ हना वे किवें एक कुड़ी आंदी आ इंडिया तो हना किवें मेहनत करदी आ कि करदी आ सारी उरे ते किवें अपने पिछे पैसे भेजदी आ सारा कुछ सो ओदा जेड़ा रहंदा पार्ट आ ओ अज कंप्लीट होऊगा अज दिव्या भी अपने नाल शूट कर रही आ सो गाइस तुर पे सी करो एंड नाल दिव्या नु भी चक लिया हेलो पार्किंग लाती फेडरेशन स्क्वायर होना इन्हां दा शूट जिस कारण भी रेवनी पहला आपां इंडिया च शूट करके आए अज हुण मेलबर्न च शूट चल रहा दूसरा बाई भी आ गया इंडिया तो जिस कारण ना भाई ट्विन मैं इदा लगता ट्विन्स हो ना नहीं नहीं दो साल बड़े सेम लगते डिटो तो इधर शूट चल रहा उरे कि लग रहा फिर मेलबर्न इंडिया तो आके वधिया मोस्टली तो भजते ने उरों भी बाप चली किसी ने वधिया लगता ਜਾਹੇ ਘੱਟ ਦਿਨ ਵਾਸਤੇ ਆਏ ਹਾਂ ਜਿਆਦਾ ਇਹ ਕਹਿ ਸਕਦੇ ਆ ਵੀ ਘੁੰਮਣ ਫਿਰਨ ਆਏ ਆ ਅਜ ਤੱਕ ਦੇਖੇ ਹੀ ਨਹੀਂ ਗਿਆ ਮੇਰੇ ਵੱਲ ਜੇ ਕਹਿ ਦੀ ਵੀ ਪੱਕੀ ਰਹਿ ਫੇਰ ਰੋਕਾ ਹੁਣ ਜਸ ਕਰਨ ਭਾਜੀ ਦੇ ਰੈਸਟੋਰੈਂਟ ਆ ਗਏ ਪੰਜਾਬ ਗ੍ਰਿਲ ਕੀ ਬਾਤ ਹੈ ਤੇ ਹੁਣ ਇੱਥੇ ਸ਼ੂਟ ਚੱਲ ਰਿਹਾ ਕੀ ਕਰ ਰਹੇ ਹੋ ਹੁਣ ਇੱਥੇ ਅੱਗ ਲਾਉਣੀ ਆ ਅਸੀਂ ਨਾ ਆ ਰਿਕਾਰਡ ਕਰਨ ਵਾਲਾ ਹੁਣ ਅੱਛਾ ਤੇ ਅੱਗ ਲਾਉਣੀ ਆ ਕੁੱਕ ਬਣ ਕੇ ਤੁਸੀਂ पार्टी तो होगी तुम चक लो समान दो दिन बाद कहना भांडे कली करा लो सही गल पिछे थो भजा बस पे लैके पिछे नहीं देखना सीधा बाहर निकल गड्डी मोड़ के रख दा मैं तो गए हुण पे मिलनी है इन्हां नूं काम करन दी।
ਹੁਣੇ ਨੈਕਸਟ ਜੌਬ ਤੇ ਆ ਗਏ ਇੱਥੇ ਕੀ ਕਰਨਾ ਤੁਸੀਂ ਸਫਾਈ ਕਰਨੀ ਹੈ ਕਰੋ ਫਿਰ ਉਹ ਵਿਚਾਰੀ ਕੱਲੀ ਲਾ ਰੱਖੀ ਆ ਇੰਦਰ ਤਾਂ ਜਿਮ ਦਾ ਪੂਰਾ ਫਾਇਦਾ ਚੱਕ ਰਹੇ ਨੇ ਮੰਨਣਾ ਪਊਗਾ ਇੰਨੇ ਬਿਜ਼ੀ ਸਕੇਡਿਊਲ ਚ ਵੀ ਤੁਸੀਂ ਆਪਣੇ ਲਈ ਟਾਈਮ ਕੱਢ ਲਿਆ ਹੈਟਸ ਆਫ ਟੂ ਯੂ ਬਹੁਤ ਵਧੀਆ ਗੱਲ ਆ ਇਹ ਤਿੰਨ ਤਿੰਨ ਸ਼ਿਫਟਾਂ ਲਾ ਕੇ ਹੁਣ ਵਰਕਆਊਟ ਕਰਨ ਲੱਗ ਗਈਆਂ ਤੇ ਗਿੰਨੂ ਲਾਰੀ ਹੁਣ ਪੋਚਾ ਇਹਨੂੰ ਬਾਲੀ ਪਸੰਦ ਆ ਸਫਾਈ ਘਰੇ ਵੀ ਸਫਾਈ ਕਰਦੀ ਰਹਿੰਦੀ ਆ ਬਾਏ ਕਮਲ ਬਹੁਤ ਵਧੀਆ ਲੱਗਿਆ ਮੈਂ ਕਿਉਂਟੀ ਮੈਂ ਕਸੀ ਤੁਹਾਡਾ ਲੈ ਕੇ ਚੱਲੇ ਆ ਲੈ ਜਾ ਤੁਸੀਂ ਕੁਝ ਨਹੀਂ ਬੈਗ ਚ ਐਂਡ ਗਾਇਸ ਆਰਡਰ ਨਾ ਕਰਨਾ ਭੁੱਲਿਓ ਠੀਕ ਹੈ ਇਹਨਾਂ ਤੋਂ ਅਸੀਂ ਇਹਨਾਂ ਦਾ ਸੈਂਪਲ ਵੀ ਸ਼ੁਰੂ ਕੀਤਾ ਹੈ ਤੁਹਾਨੂੰ ਪੇਜ ਤੇ ਮਿਲ ਜਾਊਗਾ ਦੇਖ ਲਿਓ ਰਾਈਟ ਰਾਈਟ ਇਹਨਾਂ ਦਾ ਇੰਸਟਾਗ੍ਰam ਪੇਜ ਘਰੇ ਜਾਂਦੇ ਤੱਕ ਗੱਡੀ ਦੀ 1% ਬੈਟਰੀ ਰਹਿ ਜੂਗੀ ਘਰੇ ਤਾਂ ਨਹੀਂ ਆਪਾਂ ਰਸਤੇ ਚ ਤਾਂ ਨਹੀਂ ਰੁਕਦੇ ਚਾਰਜ ਨਹੀਂ ਕੀਤੀ ਰੂਟ ਕਾਫੀ ਲੰਬੇ ਸੀਗੇ ਅੱਜ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸ਼ੂਟ ਸ਼ਾਟ ਕਾਫੀ ਸੀਗੇ ਹੁਣ ਹਰੇਕ ਬੀਪੀ ਪੰਪ ਤੇ ਵੈਸੇ ਚਾਰਜਰ ਲੱਗੇ ਹੋਏ ਨੇ ਪਰ ਮੈਨੂੰ ਐ ਸੀਗਾ ਵੀ ਅਸੀਂ ਚੱਲ ਘਰੇ ਪਹੁੰਚ ਜਾਂਗੇ ਸੋ ਹੁਣ 1% ਰਹਿ ਗਈ ਤੇ ਆਲਮੋਸਟ ਪਹੁੰਚ ਹੀ ਗਏ ਵੈਸੇ ਪਹੁੰਚ ਜਾਂਗੇ ਸ਼ਾਇਦ ਤੇ 1% ਕਿੰਨੇ ਕਿਲੋਮੀਟਰ ਸ਼ੋ ਕਰ ਰਿਹਾ ਸਾਰੀਆਂ ਇਹਦੀਆਂ ਅਟੈਚਮੈਂਟਸ ਨੇ ਪਹਿਲਾ ਹਾਂ ਡਰਾਇਰ ਆ ਕਿੰਨਾ ਸੋਹਣਾ ਯਾਰ ਹੈਨਾ ਹਾਂ ਸਟ੍ਰੇਟਨਰ ਬ੍ਰਸ਼ ਆ ਮੈਨੂੰ ਲੱਗਦਾ ਇਹ ਬਲੋ ਡਰਾਇਰ ਤੇ ਕਰਲਸ ਲਈ ਨੇ ਆਹ ਵੀ ਬ੍ਰਸ਼ ਹੈ ਤੇ ਕੰਮ ਲੈ ਆ ਰੋਲਰ ਬਰਥਡੇ ਗਿਫਟ ਲੈ ਹੀ ਲਿਆ ਕੰਮ ਜੀ ਲਈ ਆ ਨਾ ਵੀ ਦੂਸਰੇ ਨਾਲ ਕਰਲ ਵਧੀਆ ਪਾ ਲੈਂਦੀ ਹਵਾ ਨਾ ਜਿਹੜੀ ਇਧਰਲੇ ਪਾਸੇ ਨੂੰ ਛੱਡਣੀ ਆ ਤਾਂ ਇਧਰ ਇੱਧਰ ਨੂੰ ਕਰਨੀ ਆ ਫਿਰ ਇੱਧਰ ਜਿਹੜੇ ਵਾਲ ਹੋਣਗੇ ਉਹ ਦੇਖਿਆ ਕਿੰਨਾ ਈਜ਼ੀ ਆ ਫਿਰ ਇਹਨੂੰ ਖੋਲਣਾ ਹੁੰਦਾ ਵਾਓ ਸੋਹਣਾ ਨਾ ਅੱਜ ਜਾ ਰਹੇ ਜੀ ਭੂਆ ਦਾ ਸੰਧਾਰਾ ਬਿਸਕੁਟ ਲੈ ਕਰਾ ਡਰਾਈ ਫਰੂਟ ਡੈਡੀ ਗਰਨੂਰ ਦੇ ਤੇ ਗਰਨੂਰ ਲਈ ਡਰਾਈ ਫਰੂਟ ਭੂਆ ਲਈ ਬਿਸਕੁਟ ਤੇ ਅੱਧਾ ਕੁ ਸੰਧਾਰਾ ਪੇਟੀਐਮ 'ਚ ਜਾਊਗਾ ਅੱਧਾ ਪੇਟੀਐਮ 'ਚ ਜਾਊ ਸਮਾਨ ਵੀ ਜਿਹੜੀ ਚੀਜ਼ ਲੈਣੇ ਹੋਣਗੇ ਕੱਪੜੇ ਲਈ ਲੈ ਲੈਣਗੇ ਕੋਮਲ ਖੁਸ਼ੂਰਾ ਨੂੰ ਵੀ ਕਿਹਾ ਵੀ ਭਾਈ ਮੰਮੀ ਤੋਂ ਹਿੱਸਾ ਲੈ ਲਿਓ ਆਪਦੇ ਕੱਪੜਿਆਂ ਦਾ ਅੱਜ ਬਹੁਤ ਜ਼ਿਆਦਾ ਪ੍ਰੋਗਰਾਮ ਨੇ ਅਸੀਂ ਲੇਟ ਵੀ ਹੋ ਗਏ ਇੱਕ ਤਾਂ ਬੱਚਿਆਂ ਨੂੰ ਛੱਡਣਾ ਹੈ ਉਹ ਤੋਂ ਬਾਅਦ ਕਿੱਤੂ ਦੀ ਮੀਟਿੰਗ ਹੈ ਠੀਕ ਹੈ
ਪੀਟੀਐਮ ਹਾਂ ਫਿਰ ਬਬਲੀ ਭੂਆ ਦਾ ਸੰਧਾਰਾ ਦੇਣਾ ਤਿੰਨ ਦੋ ਡਾਕਟਰਾਂ ਦੇ ਜਾਣਾ ਦੋ ਡਾਕਟਰਾਂ ਦੇ ਇੱਕ ਡਾਕਟਰ ਦੇ ਜਾਣਾ ਫਿਰ ਉਸ ਤੋਂ ਬਾਅਦ ਇੱਕ ਦੋ ਕੰਮ ਮੇਰੇ ਬਾਜ਼ਾਰ ਦੇ ਨੇ ਓਕੇ ਕਿਵੇਂ ਆ ਪੁੱਤਰੀ ਠੀਕ ਠੀਕ ਅੱਜ ਡਰੈਸ ਨਵੀਂ ਪਾ ਕੇ ਆਇਆ ਜੇ ਨਾਜੂ ਨੂੰ ਲਿਆ ਬਈ ਉਹ ਬਹੁਤ ਚੀਜ਼ਾਂ ਚੱਕਦੇ ਨੇ ਸਿਲੈਕਸ਼ਨ ਹੋ ਰਹੀ ਹੈ ਵੀ ਕੀ ਲੈਣਾ ਕੀ ਨਹੀਂ ਹੈ ਬੱਚੇ ਜਿਆਦੇ ਹੋ ਨੇ ਨਾ ਥੋੜੇ ਜਿਹੇ ਇਹ ਐ ਵੀ ਚੱਲ ਇਹਨਾਂ ਨੂੰ ਟਿੱਕੇ ਪੈ ਜਾਂਦੇ ਨੇ ਥੋੜਾ ਜਿਹਾ ਕਲਰ ਕੁਲਰ ਕਰ ਲੈਂਦੇ ਨੇ ਨਹੀਂ ਤਾਂ ਹਨੇਰੀ ਲਈ ਰੱਖਦੇ ਨੇ ਜਵਾਕ ਕਮਰੇ 'ਚ ਬੈਠ ਜਾਂਦੇ ਨੇ ਟਿੱਕੇ ਹੁਣ ਚੱਲਦੇ ਆਪਾਂ ਬਬਲੀ ਭੂਆ ਦੇ ਸੰਧਾਰਾ ਦੇਣ ਪਹੁੰਚ ਗਏ ਭੂਆ ਦਾ ਸੰਧਾਰਾ ਲੈ ਕੇ ਵੱਡੀ ਭੂਆ ਦਾ ਸੰਧਾਰਾ ਉਹਦੇ ਭਤੀਜੇ ਦੇ ਕੇ ਆਉਣਗੇ ਹੈ ਕੀ ਪਤਾ ਅਸੀਂ ਉਹਦੇ ਆਈਏ ਹੈ ਜ਼ਰੂਰੀ ਨਹੀਂ ਹੈਗਾ ਵੱਡੀ ਭੂਆ ਦਾ ਭਤੀਜਾ ਮਾਰੇ ਜਾ ਰਿਹਾ ਠੀਕ ਹੈ ਚਲੋ ਚੱਕੋ ਵੀ ਚੱਕੋ ਸਮਾਨ ਸੂਟ ਸੱਪਾ ਖੜ ਜਾ ਲੋਕ ਵੀ ਲਈ ਬੈਠੇ ਨੇ ਹੈ ਇਹ ਲੋਕ ਕਹਦਾ ਲਾਉਣੇ ਹੋਈ ਅੱਜ ਤਾਂ ਤੇਰਾ ਸੰਧਾਰਾ ਆਉਣਾ ਦੀ ਲੋਕ ਬੋਲਣਾ ਤੇ ਫੋਨ ਕਰਕੇ ਆਏਗਾ ਹੈ ਐ ਫੋਨ ਨੂੰ ਅਸੀਂ ਤਾਂ ਰੋਜ਼ ਆਉਨੇ ਸਰਪ੍ਰਾਈਜ਼ ਦਿੰਦੇ ਹੁੰਨੇ ਆ ਆ ਗੱਲ ਤਾਂ ਸਹੀ ਆ ਫੋਨ ਕਰੀਏ ਚਲੋ ਖਾਸੇ ਲਿਆ ਉਹ ਜਿਆਦੇ ਨਹੀਂ ਥੋੜੇ ਜਿਹਾ ਨਹੀਂ ਸਰਦਾ ਜਿਆਦੇ ਚੀਜ਼ੀ ਖਾਣ ਜੋਗੇ ਇੱਥੇ ਨੇ ਨਾ ਨਾ ਜਿਆਦੇ ਜਿਆਦੇ ਚੀਜ਼ੀ ਬੰਦਾ ਮੇਰੀ ਕੋਈ ਨਾ ਬੱਚਿਆਂ ਨੂੰ ਕੋਈ ਨਾ ਪੁਹਾਰ ਦੇ ਆ ਠੀਕ ਆ ਇੱਥੇ ਤਾਂ ਰੋਜ਼ ਇਹ ਪੁਆ ਦੇ ਦੋ ਗੇੜੇ ਵੀ ਲੱਗ ਜਾਂਦੇ ਨੇ ਹਾਂ ਮੈਂ ਸਹਾਰਾ ਜੀ ਲੱਗਿਆ ਰਹੇ ਕਹਿੰਦੇ ਮੇਰੇ ਕਿੱਤੂ ਨਾਲ ਇੰਨਾ ਜੀ ਲੱਗਦਾ ਹੱਦ ਤੋਂ ਬਾਹਰ ਖੁਸ਼ੀ ਦੀ ਨਹੀਂ ਕਮੀ ਮੈਂ ਸੋਚਦੀ ਮੈਨੂੰ ਐ ਬਾਕੀ ਨੂਰ ਨੂੰ ਹੁੰਦਾ ਨੂਰ ਨੂੰ ਬਹੁਤ ਚਾਹ ਚੜਦਾ ਸੋਹਣਾ ਦੀਦੀ ਦੀਦੀ ਕਰੀ ਜਾਂਦਾ ਦੀਦੀ ਬਹੁਤ ਚਾਹ ਅੱਜ ਉਹਦੇ ਚਿੰਨੂ ਮੈਨੂੰ ਕਿੱਥੇ ਨੇ ਇੱਕ ਨੇ ਤਾਂ ਤੁਹਾਨੂੰ ਪਤਾ ਨਹੀਂ ਲੱਗਿਆ ਬਿੱਲੀ ਨੇ ਮਾਰਤਾ ਇੱਕ ਤਾਂ ਹੈ ਮਾਰਤਾ ਇੱਕ ਵਿਚਾਰਾ ਓਹੋ ਇੱਕ ਰਹਿ ਗਿਆ ਤਾਂ ਹਾਈ ਫਿਰ ਉਹ ਤਾਂ ਆਪ ਉਹਦੀ ਗਮ ਚ ਮਰ ਗਈ ਉਹ ਤਾਂ ਖੁੱਲਾ ਛੱਡ ਲਿਆ ਤੇਰੇ ਉੱਪਰ ਦੀ ਨੇ ਸ਼ਾਮ ਟਾਈਮ ਹਾਂ ਇਹ ਕਹਿੰਦਾ ਮੈਂ ਪਿੱਛੇ ਵੀ ਭੱਜਿਆ ਗਲ ਤੇ ਫੜ ਲਿਆ ਪੂਰੀ ਬਿੱਲੀ ਵਿੱਚ ਹੀ ਕੋਈ ਬਿੱਲੀਆਂ ਹੋਰ ਭਗਵਾਨ ਲੰਦੀਆਂ ਨੇ ਕਹਿੰਦਾ ਓਹੋ ਹੋਰ ਇੰਨਾ ਸਭ ਤੋਂ ਜੀ ਨਹੀਂ ਲੱਗਿਆ ਸਰ ਰੋਟੀ ਨੂੰ ਤਿੰਨਾਂ ਨੂੰ ਚੰਗੀ ਲੱਗੀ ਨੂਰ ਇੰਨਾ ਰੋਇਆ ਤਾਂ ਬਾਲਾ ਰੋਇਆ ਬਹੁਤ ਰੋਇਆ ਇੱਕ ਰਹਿ ਗਿਆ ਹੈ ਹੁਣ ਲਿਆਇਓ ਭੂਆ ਨਹੀਂ ਲਿਆਇਓ ਫਿਰ ਮੈਂ ਕਿਹਾ ਵਾ ਪੁੱਤੇ ਇਹਨੂੰ ਵਧੀਆ ਜੁੰਨੀ ਚ ਪਾਊਗਾ ਮਾਲਕ ਹੋਣਾ ਮਹਾ ਇਹ ਵੀ ਮਹਾ ਟਾਈਮ ਹੁੰਦਾ ਇੱਕ ਦਿਨ ਮੈਂ ਬਚਾ ਲਿਆ ਪਹਿਲਾਂ ਪਿੱਛੇ ਚਲੀ ਗਈ ਮੈਂ ਜਦੀ ਬਿੱਲੀ ਭੱਜ ਗਈ ਸਾਡੇ ਵੀ ਤਾਂ ਉਹ ਮੁਰਗੇ ਲਿਆਂਦੇ ਸੀ ਬੱਚਿਆਂ ਦੇ ਖੇਡਣ ਨੂੰ ਉਹ ਵੀ ਕੁੱਤੇ ਬਿੱਲਿਆਂ ਨੇ ਮਾਰਤੇ ਵਿਚਾਰੇ ਬਹੁਤ ਔਖਾ ਇਹਨਾਂ ਦਾ ਤਾਂ ਪਰ ਇਹ ਤਾਂ ਬੂਆ ਜਨਮ ਤੋਂ ਪਹਿਲਾਂ ਹੀ ਲਿਖਿਆ ਹੁੰਦੀ ਹੈ ਮੌਤ ਤਾਂ ਫਿਰ ਮੈਂ ਨੂਰ ਐਂ ਸਮਝਾਇਆ ਫਿਰ ਉਹਦਾ ਥੋੜਾ ਦਿਲ ਖੜ ਗਿਆ ਬੂ ਕੱਲ ਹੀ ਇਹਨੂੰ ਮਾ ਹੋਰ ਅੱਛੀ ਬੈਟਰ ਜੁਨੀ ਮਿਲੂਗੀ ਹੁਣ ਮਾਂ ਬੱਚੇ ਠੀਕ ਹੈ ਭੂਆ ਤਾਂ ਮੈਨੂੰ ਐਂ ਕਹਿਣਾ ਮੈਂ ਤੈਨੂੰ ਵੀ ਵੱਡੀ ਭੂਆ ਕੋਲੇ ਵਗ ਚੱਲ ਨਾਲੇ ਮਾਸੀ ਦਾ ਪਤਾ ਲਈ ਚੱਲ ਵਗ ਚੱਲ ਕਾਰ 'ਚ ਬਹਿ ਕੇ ਕਿੱਧਰ ਦੀ ਤਿਆਰੀ ਹੈ ਸਰਦਾਰ ਸਾਹਿਬ ਚਾਬੀ ਤਾਂ ਦੇ ਦੇਣਾ ਜਾ ਕਿੱਥੇ ਰਹੀ ਹਾਂ ਤੂੰ ਦੱਸ ਮੈਨੂੰ ਬਈ ਅਸੀਂ ਜਾ ਰਹੇ ਹਾਂ ਹੁਣ ਵੱਡੀ ਭੂਆ ਦਾਦੀ ਭੂਆ ਦਾ ਸੰਧਾਰਾ ਦੇਣ ਬੀਬੀ ਵੀ ਕਰ ਲਈ ਤਿਆਰ ਹੌਲੀ ਹੌਲੀ ਨਾਲੇ ਆਪਦੀ ਭੈਣ ਨੂੰ ਬਹੁਤ ਔਖੀ ਤਿਆਰ ਕਰੀ ਆ ਮੈਂ ਕਿਹਾ ਬਈ ਹੁਣ ਤੂੰ ਠੀਕ ਹੈ ਬੀਬੀ ਜਾ ਸਕਦੀ ਹੈ ਚੱਲ ਨਾਲ ਨਾ ਬੀਬੀ ਹੁਣ ਤੁਰਦੇ ਨੇ ਮਿੱਠੂ ਕਹਿੰਦਾ ਕਿਸੇ ਡੰਗਰ ਵਾਲੀ ਆ ਗਈ ਬੀਬੀ ਤੁਰੀ ਤੁਰੀ ਹੈ ਤੁਰ ਕੇ ਗਈ ਆ ਮੈਂ ਕਿਹਾ ਵੀਲ ਚੇਅਰ ਰੱਖਣੀ ਹੈ ਕਿਵੇਂ ਕਹਿੰਦੀ ਐਂ ਬਗ ਚ ਐਨਕਾ ਲਾ ਲਈ ਲੈ ਇੱਧਰ ਕਿਹਾ ਹਾਂ ਸਾਜੀ ਤੇਰੀ ਵੀ ਐਂ ਤੁਹਾਡੀ ਵੱਡੀ ਭੂਆ ਦਾ ਸੰਧਾਰਾ ਹੈ ਹੋਰ ਖੋਲੋ ਚਲੋ ਅੱਜ ਪਾ ਸੰਧਾਰੀ ਦੇ ਰਹੇ ਹਨ ਚਲੋ ਵਧੀਆ ਗੱਲ ਸਵੇਰੇ ਦੀ ਉਹਦੀ ਸਕ੍ਰਿਪਟ ਦੀ ਮੀਟਿੰਗ ਬਬਲੀ ਭੂਆ ਦਾ ਸੰਧਾਰਾ ਦਿੱਤਾ ਅੱਜ ਦਾਦੀ ਭੂਆ ਦਾ ਸੰਧਾਰਾ ਉਹ ਵੀ ਖੁਸ਼ੀ ਦੀ ਗੱਲ ਇਹ ਹੈ ਵੀ ਬੀਬੀ ਵੀ ਜਾ ਰਹੀ ਹੈ ਆਪਦੀ ਨਣਦ ਨੂੰ ਸੰਧਾਰਾ ਦੇਣ ਤੇ ਆਪਦੀ ਭੈਣ ਨੂੰ ਮਿਲਣ ਕਿਉਂਕਿ ਨਣਦ ਤੇ ਭੈਣ ਇੱਕੋ ਪਿੰਡ ਨੇ ਤੇ ਲਾਸਟ ਟਾਈਮ ਤੁਸੀਂ ਵੀਡੀਓ 'ਚ ਦੇਖਿਆ ਹੋਣਾ ਮਾਸੀ ਨੇ ਮੈਸੇਜ ਭੇਜਿਆ ਸੀ ਬੀਬੀ ਮਿਲ ਕੇ ਜਾਈ ਬੀਬੀ ਪੇਕੇ ਵੀ ਜਾਣਾ ਹੈਂ ਇਹ ਬੀਬੀ ਆਟੋ ਜੀ ਆ ਗਈ ਨਣਦ ਕੋਲੇ ਬੀਬੀ ਆਉਂਦੇ ਨੀਤੀ ਜੀ ਤੇਰੇ ਕਹਿੰਦੇ ਵੀ ਚੱਲ ਚੱਲ ਬੀਬੀ ਤੂੰ ਆਈ ਕਹਿਣੀ ਹੁੰਨੀ ਆ ਤਾਂ ਬਹੁਤ ਵਧੀਆ ਹੈ ਫੁੱਫੜੇ ਜੀ ਨੇ ਮਿਲ ਲਈ ਹੈ ਬੀਬੀ ਬਈ ਕੋਈ ਨਾ ਬਹਿ ਜੂਗੀ ਬੀਬੀ ਦਾ ਬਹਿ ਕੇ ਤਾਂ ਆਈ ਨਹੀਂ ਚੱਲ ਚੱਲ ਬੈਠ ਜਾ
ਆਂਟੀ ਨੇ ਕੋਲਡ ਡਰਿੰਕ ਪਾ ਲਿਆ ਬੱਚਿਆਂ ਨੂੰ। ਮੈਂ ਕਿਹਾ ਵੀ ਕੋਲਡ ਡਰਿੰਕ ਨੀ ਦੇਣਾ ਬੱਚਿਆਂ ਨੂੰ, ਚਾਹੇ ਸਾਨੂੰ ਦੋ ਦੋ ਗਲਾਸ ਦੇ ਦੋ। ਠੀਕ ਆ, ਉਹ ਬਿਮਾਰ ਹੋ ਜਾਂਦੇ ਨੇ ਨਾ ਅਸੀਂ ਪਲੇ ਰੋਟੀ। ਚਿਪਸ ਖਾ ਲਓ, ਚਿਪਸ ਖਾ ਲਓ ਪੁੱਤ, ਚਿਪਸ ਵੀ ਆਪੂ ਆ ਵੀ ਖੁਸ਼ ਹੈ। ਆਂਟੀ ਇੱਕੋ ਪੈਕਟ ਬਹੁਤ ਆ, ਦੇਖ ਅੱਜ ਭੂਆ ਦੇ ਵੀ ਚੱਕਰ ਵੱਧ ਗਿਆ ਹੁਣ ਨਾ ਪੇਕੇ। ਹੈ ਨਾ ਉੱਧਰ ਮੇਰੇ ਪੇਕੇ ਆਏ ਸਤਿੰਦਰ ਕਰਨ ਲੱਗ ਗਏ, ਕਹਿੰਦੇ ਤੇਰੇ ਅੱਜ ਚੱਕਰ ਵਧੇ ਨੇ। ਮੈਂ ਭਾਈ ਮੇਰੀ ਮੰਮੀ ਨੇ ਅੜੀ ਆਈ ਸੀ ਚਾਹ ਹੁੰਦਾ ਹੀ ਆ ਸੁਨਹਿਰਾ ਲੱਗਿਆ, ਹੁਣ ਕਹਿੰਦੇ ਅੱਜ ਭੂਆ ਜੀ ਦਾ। ਖੁਸ਼ੀ ਹੋਏ ਇਸ ਤਰ੍ਹਾਂ ਦੀ ਹੁੰਦੀ ਹੈ। ਮੈਂ ਭੂਆ ਚੱਲੀ ਦੂਜੇ ਚਾਚੇ ਕੰਨੇ ਬੀਬੀ ਨੂੰ ਨਾਲ ਲੈ ਕੇ, ਚੱਲ ਵੀ ਬੀਬੀ ਕਹਿੰਦੀ ਭੂਆ ਜੀ ਆਇਆ ਨਾ। ਪਹਿਲੀ ਵਾਰ ਚੱਲਣ ਚੱਲੀ ਆ ਬੀਬੀ ਕੋਠੀ ਦੇਖਣ ਚਾਚੇ ਦੀ, ਇੱਧਰ ਨਵੀਂ ਪਾਈ ਹੈ ਜਿਹੜੀ। ਪੂਰਾ ਮਹਿਲ ਬਣਾਇਆ ਵੀ ਚਾਚੇ ਨੇ ਵੀ। ਭੂਆ ਕਹਿੰਦੀ ਜਵਾਕਾਂ ਦੇ ਕੱਪੜੇ ਗੰਦੇ ਹੋ ਜਾਣਗੇ। ਮੈਂ ਕਿਹਾ ਵੀ ਜੇ ਆਂਟੀ ਦੇ ਘਰੇ ਕੱਪੜੇ ਗੰਦੇ ਹੋ ਗਏ ਫੇਰ ਨੀ ਕਿਤੇ ਦੁਨੀਆਂ ਤੇ ਰਹਿ ਸਕਦੇ, ਇੱਥੇ ਤਾਂ ਥੱਲੇ ਸਿੱਟ ਕੇ ਵੀ ਖਾ ਸਕਦੇ, ਇੰਨੀ ਸਫਾਈ ਰੱਖਦੀ ਆ ਸਾਡੀ ਆਂਟੀ। ਹਾਂ ਉਹ ਬੈਠੇ ਨੇ ਮੰਜੇ ਥੱਲੇ। ਜਸ਼ਨ ਦੀ ਮੰਮੀ ਸਫਾਈ ਚ ਇੱਕ ਨੰਬਰ। ਵੀ ਕਿਵੇਂ ਲੱਗੀ ਕੋਠੀ ਚਾਚੇ ਦੀ? ਬਹੁਤ ਵਧੀਆ। ਛੋਟੀ ਹੈ ਕਿ ਵੱਡੀ ਹੈ? ਵੱਡੀ ਹੈ। ਵੱਡੀ ਜਵਾਕਾਂ ਨੇ ਨੇਰੀ ਲਿਆ ਰੱਖੀ ਆ ਵੀ ਖਾਣ ਪੀਣ ਦੀ ਵੀ ਚੌੜਾਂ ਦੀ ਵੀ। ਜਾਈਏ ਹੁਣ ਛੁੱਟੀ ਹੈ। ਹੋਰ ਬਹਿ ਜਾ ਪੁੱਤ, ਹੋਰ ਬਹਿ ਜਾ, ਮਸਾ ਆਏ ਹੋ ਤੁਸੀਂ ਤਾਂ। ਚਲ ਕੋਈ ਨਹੀਂ, ਫੇਰਾ ਮਾਰ ਦਾਂਗੇ। ਜਾਣਾ ਹੁਣ ਬੀਬੀ ਨੇ ਸਾਰੇ ਮਿਲਣਾ। ਹਾਂ ਪੇਕੇ ਕਹਿੰਦੀ ਮੈਨੂੰ ਪੇਕੇ ਕਰਕੇ ਕੱਲ ਨੂੰ ਲੈ ਜਿਓ। ਅੱਜ ਅਸ਼ਨ ਨੂੰ ਸ਼ੌਂਕ ਹੈ ਵੀ ਬੂਟਿਆਂ ਦਾ, ਬੂਟੇ ਲਾਏ ਹੋਏ ਨੇ ਇੱਧਰ, ਘਾਹ ਵੀ ਬਹੁਤ ਸੋਹਣਾ ਤੇ ਮੁੰਡਾ ਪੜ੍ਹਾਈ 'ਚ ਵੀ ਬਹੁਤ ਵਧੀਆ। ਆਹ ਦੇਖੋ ਵੀ ਖੇਤੀ ਵਾਲੇ ਸੰਦ ਐਵੇਂ ਸਾਂਭੇ ਹੋਏ ਨੇ ਇਹਨਾਂ ਨੇ, ਪੂਰੀ ਤਰਪਾਲ ਪਾ ਕੇ ਸਾਰਾ ਕੁਛ ਕਰ ਲਾਈ ਹੋਈ ਹੈ ਸਬਜ਼ੀ ਭਾਜੀ। ਅਤੇ ਆਹ ਬਣਾਈ ਹੈ ਚਾਚੇ ਨੇ ਕੋਠੀ, ਉੱਧਰ ਵੱਡੇ ਚਾਚੇ ਦੀ ਕੋਠੀ ਹੈ ਜੀ। ਆ ਜੀ ਭੂਆ ਫਿਰ ਹੈ ਅਰਜੀ ਕਿਆ? ਚਲੋ ਅਜੀ ਸਾਰੇ ਘਰ ਨੇ ਫੁੱਫੜ ਜੀ ਉਹਨਾਂ ਦੀ ਫੈਮਿਲੀ ਦੇ, ਹੁਣ ਬੀਬੀ ਦੀ ਭੈਣ ਦੇ ਘਰ ਜਾਣਾ ਕਿਉਂਕਿ ਉਹ ਵੀ ਇਸੇ ਪਿੰਡ 'ਚੋਂ ਨੇ, ਕਿ ਉਹਨਾਂ ਨੇ ਕਿਹਾ ਸੀਗਾ ਕਿ ਮਿਲ ਕੇ ਜਾਇਓ, ਕਾਫੀ ਢਿੱਲੇ ਸੀਗੇ ਉਹ। ਠੀਕ ਹੈ ਜੀ, ਬੀਬੀ ਦੀ ਭੈਣ ਦਾ ਘਰ ਅਤੇ ਹੁਣ ਬੀਬੀ ਦੀ ਭੈਣ ਨੂੰ ਮਿਲਦੇ ਹਾਂ। ਆਹ ਘਰ ਮਾਸੀ ਦਾ ਜੀ। ਜਿਵੇਂ ਇਸ ਕਿਰਤ ਤੇਰੀ ਦੀਦੀ ਹੈ ਨਾ, ਮਾਸੀ ਦੀ ਦੀਦੀ ਹੈ ਬੀਬੀ। ਹਾਂਜੀ ਕੋਈ ਨਾ ਭੈਣੇ, ਠੀਕ ਹੈ ਮਾਸੀ ਸਿਹਤ ਹੁਣ? ਕਿੱਥੋਂ ਲਿਆ ਤੂੰ ਨਾਨਕੇ ਤੋਂ? ਹਿੱਟੂ ਨਹੀਂ ਨਹੀਂ ਹਿੱਟੂ ਤੋਂ ਲੈ ਕੇ ਆਇਆ ਸਰ ਜੀ। ਹਾਂ ਨਾਨਕੇ ਤੋਂ ਲਿਆ ਆਉਣਾ ਵੀ। ਬਲੈਕ ਕਹੀ ਸਰਜੂ? ਬੈਕ ਬੈਕ ਕਹਿੰਦਾ ਜੀ।